ਕਰਨਾ ਚਾਹੁੰਦੇ ਹਾਂ ਵੀ ਜੋ ਪਰਿਵਾਰ ਨੇ, ਇੱਕ ਤਾਂ ਸਾਡੀ ਪੋਜੀਸ਼ਨ ਹੈਗੀ ਆ ਵੀ ਅਸੀਂ ਉਹ ਹਰਵਿੰਦਰ ਸਿੰਘ ਹਰਪਾਲ ਮਾਜਰਾ ਜਿਹੜਾ ਹਰਪਾਲਪੁਰਾ ਉਹਦੀ ਜਿਹੜੀ 8-10 ਦਿਨ ਪਹਿਲਾਂ ਵੀਡੀਓ ਚੱਲੀ ਆ ਵੀ ਮੈਂ ਪਿੰਡਾਂ 'ਚ ਲੈ ਕੇ ਜਾਊਂਗਾ, ਇਹ ਪੁਸ਼ਟੀ ਕਰਦੀ ਆ ਉਹਦੀ ਮਾਨਸਿਕਤਾ ਦੀ, ਇੱਕ ਤਾਂ ਸਪਸ਼ਟ ਆ। ਔਰ ਉਹੀ ਜੋ ਮੌਕੇ ਦੇ ਗਵਾਹ ਨੇ ਜਾਂ ਪਰਿਵਾਰ ਨੇ, ਉਹਨਾਂ ਕਿਹਾ ਵੀ ਇਸ ਬੰਦੇ ਨੇ ਸਾਡੇ ਨਾਲ ਗਾਲੀ ਗਲੋਚ ਕੀਤੀ ਆ, ਤਾਂ ਕਾਮੁੱਕੀ ਵੀ ਇਸ ਬੰਦੇ ਨੇ ਹੀ ਕੀਤੀ ਆ, ਠੀਕ ਹੈ, ਫੋਰਸ ਤਾਂ ਖੜੀ ਆ। ਤਾਂ ਉਹ ਸਪਸ਼ਟ ਹੋ ਗਿਆ ਉਹਦੀ ਮਾਨਸਿਕਤਾ ਤੋਂ। ਭਾਜਪਾ ਪਹਿਲਾਂ ਵੀ ਬਿਆਨ ਦਿੰਦੀ ਰਹੀ ਅਤੇ ਬਾਅਦ 'ਚ ਇਹ ਕਾਰਾ ਸਾਡੇ ਸਾਹਮਣੇ ਲਖੀਮਪੁਰ ਖੀਰੀ ਦੇ ਵਿੱਚ ਪਹਿਲਾਂ ਜਿਹੜੇ ਅਜੇ ਮਿਸ਼ਰਾ ਟੈਣੀ ਜੀ ਸੀ ਉਹਨਾਂ ਦਾ ਬਿਆਨ ਆ ਗਿਆ ਸੀ ਪਹਿਲਾਂ, ਬਾਅਦ ਜਿਹੜਾ ਘਟਨਾ ਹੋਈ ਆ, ਅਤੇ ਇਹ ਘਟਨਾਵਾਂ ਮਿਲਦੀਆਂ ਨੇ। ਬਾਕੀ ਜੋ ਪਰਿਵਾਰ ਬਿਆਨ ਲਿਖਾਊਗਾ ਅਸੀਂ ਇੱਕ ਥੂ ਰੱਖਦੀ, ਉਹ ਜਿਨ੍ਹਾਂ ਨੂੰ ਦੋਸ਼ੀ ਮੰਨਦਾ ਵਾ ਜਿਹੜੇ ਮੌਕੇ ਦੇ ਦੋਸ਼ੀ ਨੇ, ਅਸੀਂ ਇਹ ਫੈਸਲਾ ਕਰ ਲਿਆ ਪਰਿਵਾਰ ਸਾਡੇ ਸਾਹਮਣੇ ਖਲੋਤਾ ਵੀ ਇਹ ਅੰਦੋਲਨ ਲੰਮਾ ਵੀ ਚੱਲ ਸਕਦਾ। ਅਸੀਂ ਜਿਹੜਾ ਕਿਹਾ ਵੀ ਪੋਸਟਮਾਰਟਮ ਉਨਾ ਚਿਰ ਨਹੀਂ ਹੋਊਗਾ, ਸੰਸਕਾਰ ਉਨਾ ਚਿਰ ਨਹੀਂ ਹੋਊਗਾ ਜਿੰਨੀ ਦੇਰ ਤੱਕ ਪਰਚਾ ਨਹੀਂ ਹੁੰਦਾ। ਜਿਵੇਂ ਪਰਿਵਾਰ ਬਿਆਨ ਦਿੰਦਾ ਉਹ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਨਹੀਂ ਹੁੰਦੀ, ਉਨੀ ਦੇਰ ਤੱਕ ਸੰਸਕਾਰ ਨਹੀਂ ਕੀਤਾ ਜਾਊਗਾ। ਅਸੀਂ ਪਰਿਵਾਰ ਨੂੰ ਇਹ ਵੀ ਕਿਹਾ ਵੀ ਇਹ ਮਹੀਨਾ ਵੀ ਲਮਕ ਸਕਦਾ ਤੁਹਾਡੇ ਦਰਬਾਰ, ਉਹ ਕਹਿੰਦੇ ਠੀਕ, ਅਸੀਂ ਸਹਿਮਤ ਹਾਂ, ਸਾਨੂੰ ਇਨਸਾਫ਼ ਚਾਹੀਦਾ, ਸਾਨੂੰ ਇਹਦਾ ਇਨਸਾਫ਼ ਚਾਹੀਦਾ। ਬਸ ਇਹ ਸਾਡੀ ਅੱਜ ਦੀ ਪੀਸੀ ਆ, ਕੱਲ੍ਹ ਦੇਖਾਂਗੇ ਹੁਣ ਬਿਆਨ ਹੋਣਗੇ, ਬਿਆਨਾਂ ਤੋਂ ਬਾਅਦ ਸਰਕਾਰ ਕੀ ਕਰਦੀ ਕੀ ਨਹੀਂ ਕਰਦੀ ਹੈਗੀ। ਜੇ ਤਾਂ ਉਹ ਸਾਡੇ ਮੁਤਾਬਕ ਬਿਆਨ ਪਰਚਾ ਦਰਜ ਕਰਨਗੇ ਗ੍ਰਿਫਤਾਰੀ ਹੋਊਗੀ ਫਿਰ ਅਸੀਂ ਫੈਸਲਾ ਕਰ ਲਾਂਗੇ, ਜੇ ਨਹੀਂ ਕਰਨਗੇ ਫਿਰ ਇਹ ਜਾਊਗਾ ਅੰਦੋਲਨ ਲੰਬਾ ਚਾਹੂਗਾ। ਅਸੀਂ ਪਰਿਵਾਰ ਦੀ ਸਹਿਮਤੀ ਲੈ ਕੇ ਪਰਿਵਾਰ ਤੁਹਾਡੇ ਸਾਹਮਣੇ ਖੜਾ ਵੀ ਇਹ ਪੋਸਟਮਾਰਟਮ ਨਾ ਕਰਾਂਗੇ ਅਤੇ ਨਾ ਸੰਸਕਾਰ ਕਰਾਂਗੇ, ਜਿਹੜਾ ਅੱਜ ਫੈਸਲਾ ਸੀਗਾ ਅੰਦੋਲਨ ਇਟ ਇਜ਼ ਜਾਰੀ ਰਹੂਗਾ।